ਬਾਪੂ 12ਵੀਂ ਚ ਪਾਸ ਹੋ ਗਿਆ ਮੈਂ ਮੈਂ ਵੀ ਓ ਸ਼ੁਕਰਾ ਓਏ ਪਾਸ ਹੋ ਗਿਆ ਤੇ ਤੇ 12ਵੀਂ ਪਾਸ ਤਾਂ ਹੋ ਗਿਆ ਮੈਂ ਹੁਣ ਮੈਨੂੰ ਦਵਾਓ ਕਾਲਜ ਐਡਮਿਸ਼ਨ ਆਪਾਂ ਜਾ ਕਰਾਂਗੇ ਕਾਲਜ ਕੋਈ ਨਾ ਪੁੱਤ ਠੀਕਾ ਪੁੱਤ ਕੇ ਕਰਾ ਲਈ ਕੀ ਮੈਨੂੰ ਵੀ ਤੈਨੇ ਕੀ ਕਰਨਾ ਕਾਲਜ ਲੱਗ ਕੇ ਤੇਰੇ ਬੈਠਾ ਕਰ ਆਪਦਾ ਤੈ ਤਾਂ ਕਰੇ ਰੋਟੀ ਪਕਾਉਣੀ ਆ ਚੱਕ ਕੇ ਲਾਓ ਇਹਨੂੰ ਕਾਲਜ ਜਿੰਨਾ ਪੜਾਤਾ ਬਹੁਤਾ ਕਰੇ ਰਿਹਾ ਕਰ ਆਪਦਾ ਠੀਕ ਆ ਨਾ ਆਪਾਂ ਇਹਨੂੰ ਕੋਈ ਨਹੀਂ ਲਾਉਣਾ ਆਪਾਂ ਕੱਲ ਸਵੇਰੇ ਆਪਾਂ ਜਾ ਰਹੇ ਬਾਪੂ ਐਡਮਿਸ਼ਨ ਕਰਾਉਣ ਮੇਰੀ ਜੰਗਾ ਠੀਕ ਆ ਹਾਂ ਚਲ ਪੜਾਓ ਇਹਨੂੰ ਬੈਠ ਕਰੇ ਆਪਦਾ ਬਾਪੂ ਹਾਂ ਉਹ ਮੈਨੇ ਬਾਹਰੇ ਜਾਣਾ ਆਈਲੈਟਸ ਕਰਨੀ ਆ ਮੈਨੇ ਹਲੇ ਹੁਣ ਤੂੰ ਕੱਲ੍ਹ ਤਾਂ ਦਾਖਲਾ ਕਰਾ ਕੇ ਕਾਲਜ 'ਚ ਹੁਣੇ ਕੀ ਹੋਇਆ ਤੈਨੂੰ ਉਹ ਨਹੀਂ ਬਾਪੂ ਕਾਲਜ ਵੀ ਜਾਊਂ ਮੈਂ ਉੱਥੇ ਸ਼ਾਮ ਨੂੰ ਵਗ ਜਾ ਕਰੂੰਗਾ ਆਈਲੈਟਸ ਕਰਨ ਠੀਕ ਆ ਚੱਲ ਦੇਖ ਲੈ ਪੁੱਤ ਤੇਰੀ ਮਰਜ਼ੀ ਆ ਜਾਇਆ ਕਰੀ ਕਰ ਲਾ ਬਿਲਕੁਲ ਫਰੀ ਕੋਰਸ ਨੇ ਕੋਈ ਫੀਸ ਨਹੀਂ ਤਿੰਨ ਤਿੰਨ ਮੰਥ ਦੇ ਕੋਰਸ ਨੇ ਕੋਰਸ ਪੂਰਾ ਹੋਣ ਤੋਂ ਬਾਅਦ ਲੜਕੀਆਂ ਨੂੰ 4000 ਵਜ਼ੀਫਾ ਠੀਕ ਹੈ ਮੁੰਡਿਆਂ ਨੂੰ ਵੀ 4000 ਵਜ਼ੀਫਾ ਠੀਕ ਹੈ ਐਂਡ ਇਸ ਦੇ ਵਿੱਚ ਕੀ ਆ ਬੱਚੇ ਨੂੰ ਪਲੇਸਮੈਂਟ ਜੇ ਬੱਚਾ ਪਲੇਸਮੈਂਟ ਲੈ ਸਕਦਾ ਲੈ ਲੇ ਠੀਕ ਹੈ ਉਹ ਬੱਚੇ ਦੀ ਮਰਜ਼ੀ ਆ ਐਂਡ ਕੀ ਆ ਇਸ ਦੇ ਵਿੱਚ ਉੱਚੇ ਪਰਬਤ ਦੀ ਠੀਕ ਹੈ ਓਕੇ ਬਸ ਤੁਹਾਨੂੰ ਥੋੜ੍ਹੇ ਦਿਨ ਤੱਕ ਫੋਨ ਆ ਜਾਊਗਾ ਤੁਹਾਡੀ ਕਲਾਸਿਸ ਸਟਾਰਟ ਹੋ ਜਾਣੀ ਹੈ ਤੁਹਾਡੀਆਂ ਕਲਾਸਾਂ ਲੱਗੀਆਂ ਰਹਿਣਗੀਆਂ
ਆ ਗਿਆ ਪੁੱਤ। ਹਾਂ ਬਾਪੂ। ਅੱਜ ਤੇਰਾ ਰਿਜ਼ਲਟ ਆਉਣਾ ਸੀ। ਆ ਗਿਆ ਜੀ। ਕੀ ਬਣਿਆ? ਫੇਲ ਹੋ ਗਿਆ ਬਾਪੂ ਮੈਂ। ਓਹੋ, ਕਰਤੇ ਨਾ ਪੈਸੇ ਖਰਾਬ ਤੇ ਨੇ ਸਾਰੇ। ਤੇਰੇ ਨਾਲ ਤਾਂ ਚੰਗੀ ਕੁੜੀ ਰਹੀ ਜਿਹੜੀ ਮੇਰੇ ਨਾਲ ਜਿੱਦ ਕਰਕੇ ਪੜ੍ਹ ਗਈ, ਕਾਲਜ 'ਚ ਪਹਿਲੇ ਨੰਬਰ 'ਤੇ ਆਈ ਆ। ਨਾਲੇ 3 ਮਹੀਨੇ ਕੋਰਸ ਕਰਕੇ ਉਹਨੂੰ ਨੌਕਰੀ ਲੱਗ ਗਈ, ਅੱਜ DC ਆਊ ਕੱਲ੍ਹ ਨੂੰ ਸਨਮਾਨਿਤ ਕਰਨ ਨੂੰ। ਕੱਲ੍ਹ ਨੂੰ ਨਾਲ ਵਗ ਜੀ ਉਹਦੇ, ਤੈ ਤਾਂ ਲਾਲੇ ਜਿਹੜੇ ਲੱਲਾ ਲਾਉਣ 'ਤੇ। ਪਹਿਲੇ ਨੰਬਰ 'ਤੇ ਇਹਨੂੰ ਕਹਿੰਦੇ ਐਡਮਿਸ਼ਨ ਦਵਾ ਦਿੱਤੀ ਕਾਲਜ 'ਚ। ਬਸ ਕੀ ਦੱਸਾਂ ਭੈਣੇ, ਅਸੀਂ ਤੈਨੂੰ ਹਮੇਸ਼ਾ ਪੜ੍ਹਨ ਤੋਂ ਰੋਕਦੇ ਰਹੇ, ਸਾਨੂੰ ਤੈਨੂੰ ਕਦੇ ਪੜ੍ਹਨ ਨਹੀਂ ਦਿੱਤਾ ਹੈਗਾ, ਪਰ ਤੂੰ ਫਿਰ ਵੀ ਆਪਣੀ ਜਿੱਦ ਉੱਪਰ ਅੜ ਕੇ ਆਪਣੀ ਪੜ੍ਹਾਈ ਪੂਰੀ ਕਰ ਗਈ ਅਤੇ ਅੱਜ ਦੇਖ ਲੈ ਤੈਨੂੰ ਜੋਬ ਕਾਰਡ ਵੀ ਮਿਲ ਗਿਆ। ਅਤੇ ਇੱਧਰ ਮੈਨੂੰ ਦੇਖ, ਮਾਪਿਆਂ ਦੇ ਇੰਨੇ ਪੈਸੇ ਖਰਾਬ ਕਰਨ ਤੋਂ ਬਾਅਦ ਵੀ ਮੈਂ ਤੁਹਾਡੇ ਉੱਪਰ ਬੋਝ ਬਣਿਆ ਬੈਠਾ, ਰੋਵਾਂ ਦਾ ਕੀ ਕਰਾਂ। ਕੋਈ ਗੱਲ ਨਹੀਂ, ਆਪਾਂ ਸਰ ਨਾਲ ਗੱਲ ਕਰ ਲੈਂਦੇ, ਨਿਰਮਾਣ ਕੈਂਪ 'ਚ ਤੇਰੀ ਐਡਮਿਸ਼ਨ ਬਾਰੇ ਵੀ ਪੁੱਛ ਲੈਂਦੇ ਹਾਂ, ਅਤੇ ਤੈਨੂੰ ਵੀ ਜੋਬ ਕਾਰਡ ਮਿਲ ਜਾਣਾ। ਤੁਸੀਂ ਬਿਲਕੁਲ ਸਹੀ ਥਾਂ ਦੇ ਉੱਪਰ ਆਏ ਹੋ। ਇੱਥੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਵਜੋਂ ਅਸੀਂ ਇਹ ਪੱਕਾ ਇੱਕ ਨਿਸ਼ਚੇ ਕੀਤਾ ਹੋਇਆ ਨਿਰਮਾਣ ਕੈਂਪਸ ਨੇ ਕਿ ਅਸੀਂ ਹਰੇਕ ਘਰ ਰੋਜ਼ਗਾਰ ਪਹੁੰਚਾਉਣਾ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿਹੜੀ ਸੋਚ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਇੱਛਾ ਹੈ, ਅਸੀਂ ਉਸਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਾਂ। ਸਾਡੇ ਲਵੇ ਕਈ ਤਰ੍ਹਾਂ ਦੇ ਕੋਰਸ ਨੇ, ਸਾਰੇ ਕੋਰਸ ਬਿਲਕੁਲ ਮੁਫਤ ਨੇ, ਜਿਵੇਂ ਕਿ ਸੋਲਰ ਪੈਨਲ ਅਸਿਸਟੈਂਟ ਦਾ, ਦੂਸਰਾ ਹੈ ਐਕਸਪੋਰਟ ਮੈਨੇਜਰ ਦਾ, ਰਿਟੇਲ ਸੇਲਸ ਐਸੋਸੀਏਟ ਦਾ, ਰਿਟੇਲ ਟੀਮ ਲੀਡਰ ਦਾ, ਬਿਊਟੀ ਥੈਰੇਪੀ ਦਾ,
ऐसे बहुत सारे कोर्स ने, तुसी किसी भी कोर्स अपनी इच्छा अनुसार अपने इंटरस्ट अनुसार दाखला ले सकते हो। वो कोर्स 3 महीनों का 90 दिन का, तुहानू हर रोज़ आना पैना है, 4 घंटे क्लास लगानी पैनी है, उदू बाद इसी तुहानू हर हालत में कितना कितना चंगी नौकरी के उपर भी लगा दूँगा। और दसो भी तो मन च कोई शंका है भी? नहीं सर। तो बाहर अपना काउंटर पर जाके फार्म भर के दाखला ले सकते हैं। ठीक है सर। ओके जी, जय हिंद। ਮਰਮਤ ਦੀ ਹੁੰਦਾ ਸੋਚੋ ਇੱਕ ਨੇ ਉਸ ਤੇ